ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ। ਖਾਰਾ ਪਾਣੀ ਸਾਡੇ ਪਾਕਿਸਤਾਨ ਦੇ ਵਿੱਚ ਬਹੁਤ ਆ। ਖਾਰੇ ਪਾਣੀ ਤੋਂ ਕਈ ਜਗ੍ਹਾ ਐਸੀਆਂ ਪਈਆਂ ਵਾ, ਬੰਜਰ ਜ਼ਮੀਨਾਂ ਪਈਆਂ। ਖਾਰੇ ਪਾਣੀ ਦਾ ਇੰਡੀਆ ਨੇ ਬਹੁਤ ਬਿਹਤਰੀਨ ਦਾ ਹੱਲ ਲੱਭਿਆ। ਇਹ ਪਿੱਛੇ ਮੈਂ ਇੱਕ ਤਸਵੀਰ ਲਾਈ ਹੋਈ ਆ, ਇਹ ਉਹਨਾਂ ਨੇ ਇੱਕ ਪ੍ਰੋਡਕਟ ਬਣਾਈ ਆ ਜਿਹੜੀ ਮੈਗਨੇਟ ਵਿੱਚ ਮੈਗਨੇਟ ਬਣਾਉਂਦੀ, ਪਾਣੀ ਵਿੱਚ ਦੀ ਵੀ ਗੁਜ਼ਰਦਾ, ਉਹਦਾ ਖਾਰਾਪਨ ਜਿਹੜਾ ਉਹ ਖਤਮ ਕਰ ਦਿੰਦਾ। ਇਹ ਦੋਸਤ, ਕਾਫੀ ਦੋਸਤ ਦੁਬਈ ਵੀ ਰਹਿੰਦੇ ਆ ਅਤੇ ਇੰਡੀਆ ਵੀ ਆਉਣ ਜਾਣ ਉਹਨਾਂ ਦਾ ਤਲਕ ਹੈਗਾ, ਅਤੇ ਇਹ ਉੱਥੋਂ ਮੰਗਵਾ ਕੇ ਇਹਨੂੰ ਟੈਸਟ ਕਰ ਸਕਦੇ ਹੋ। ਇਹ ਘਰਾਂ 'ਚ ਵੀ ਲੱਗ ਜਾਂਦੀ, ਕਈ ਤਰ੍ਹਾਂ ਦੀਆਂ ਮਸ਼ੀਨਾਂ ਵਾ, ਘਰਾਂ 'ਚ ਵੀ ਲੱਗ ਜਾਂਦੀ ਹੈ, ਕਮਰਸ਼ਲ ਤੌਰ 'ਤੇ ਵੀ, ਇਹ ਵਾਹੀ ਦੀ ਜ਼ਮੀਨ 'ਤੇ ਵੀ ਲੱਗ ਜਾਂਦੀ ਹੈ। ਬਹੁਤ ਬਿਹਤਰੀਨ ਆ। ਅਤੇ ਇਹਨਾਂ ਦਾ ਨੰਬਰ ਵੀ ਮੇਰੇ ਕੋਲ ਹੈਗਾ, ਹੋਰ ਵੀ ਦੋ ਤਿੰਨ ਕੰਪਨੀਆਂ, ਪਰ ਇਹ ਜਿਹੜੀ ਨਾ ਇਹ ਕੰਪਨੀ, ਇਹ ਬਹੁਤ ਅੱਛੀ ਕੰਪਨੀ ਆ। ਅਤੇ ਇਹਨਾਂ ਦਾ ਜਿਹੜਾ ਵਿੱਚ ਇੱਕ ਦੋਸਤ ਹੈਗਾ ਵਾ, ਉਹਨਾਂ ਦਾ ਉਹ ਮੁਸਲਮਾਨ ਆ, ਪਠਾਨ ਆ, ਅਤੇ ਉਹ ਬੜੀ ਅੱਛੀ ਉਹਨਾਂ ਦੀ ਅਖਲਾਕ ਉਹਨਾਂ ਦਾ। ਅਤੇ ਇਹ ਮੈਂ ਹੋਰ ਵੀ ਉੱਥੇ ਇੰਡੀਆ 'ਚੋਂ ਕਈ ਦੋਸਤਾਂ ਨੂੰ ਪੁੱਛਿਆ ਜਿਨ੍ਹਾਂ ਨੇ ਲਾਈਆਂ, ਉਹਨਾਂ ਨੂੰ ਪੁੱਛਿਆ ਵੀ ਉਹਨਾਂ ਨੂੰ ਦੱਸਿਆ ਵੀ ਇਹਨਾਂ ਇਹ ਜਿਹੜੀ ਮਸ਼ੀਨ ਬਹੁਤ ਬਿਹਤਰੀਨ ਕਾਮਯਾਬ ਆ। ਇਹਦੇ ਵਿੱਚ ਉਹ ਪੈਪ ਲਾਉਂਦੇ ਆ, ਜਿੰਨੇ ਪੈਪ ਜ਼ਿਆਦਾ ਹੋਣਗੇ ਉਨਾ ਆਪਾਂ ਪਾਣੀ ਚੰਗਾ ਕੱਢੂਗਾ। ਅਤੇ ਇਹ ਦੋਸਤੋ, ਇਹ ਜ਼ਰੂਰ ਜਿਹੜੇ ਦੋਸਤ ਪਾਣੀ ਜਿਹਨਾਂ ਦੇ ਖਾਰੇ ਆ, ਘਰਾਂ ਦੇ ਵਿੱਚ ਵੀ ਲੱਗ ਸਕਦੀ ਆ, ਕਿਉਂਕਿ ਘਰਾਂ ਵਿੱਚ ਮੈਂ ਦੇਖਿਆ ਵਾ ਜਿਹਨਾਂ ਦੇ ਨਹਿਰ ਦੇ ਮੁੱਢ ਪਿੰਡ ਪਰ, ਉੱਥੇ ਵੀ ਪਾਣੀ ਖਰਾਬ ਆ। ਅਤੇ ਇਹ ਦੋਸਤੋ, ਇਹਨੂੰ ਤੁਸੀਂ ਦੇਖੋ, ਇਹਦੇ ਵਾਸਤੇ ਜਾਇਜ਼ਾ ਲਵੋ, ਇਹਦੇ ਵਾਸਤੇ ਰਿਸਰਚ ਕਰੋ, ਅਤੇ ਇਹ ਤੁਹਾਨੂੰ ਬੜਾ ਅੱਛਾ ਇਹਦਾ ਫਾਇਦਾ ਮਿਲ ਸਕਦਾ। ਇਹ ਇਹ ਆਪਣੇ ਯੂਟਿਊਬ 'ਤੇ ਵੀ ਤੁਸੀਂ ਸਰਚ ਕਰ ਸਕਦੇ ਹੋ, ਇਹ ਵਾਟਰ ਕਲੀਨਰ ਲਿਖੋ ਨਾ, ਵਾਟਰ ਕਲੀਨਰ, ਵਾਟਰ ਕਲੀਨਰ ਨਾਂ ਲਿਖੋਗੇ ਤਾਂ ਵਿੱਚ ਨਿਕਲਣਗੇ ਸਾਰੇ। ਇੰਡੀਆ 'ਚ ਬਹੁਤ ਲੋਕ ਲਾਉਂਡ ਹੈ, ਉਹਨਾਂ ਦਾ ਰਾਜਸਥਾਨ ਵਾਲਾ ਇਲਾਕਾ ਨਹੀਂ, ਜਿਹੜਾ ਇਸ ਇਲਾਕੇ 'ਚ ਪਾਣੀ ਖਾਰਾ ਵਾ, ਅਤੇ ਉਹ ਉੱਥੇ ਸਾਰੇ ਇਹ ਲੱਗਣ ਡੇ ਆ, ਧੜਾ ਧੜ ਲੋਕ ਲਾਉਂਡ ਹੈ। ਅਤੇ ਉੱਥੇ ਉੱਥੇ ਸਾਡੇ ਜਿੱਦਾਂ ਸਾਡੇ ਤਰ੍ਹਾਂ ਨਹਿਰਾਂ ਦੇ ਟੂਵੈਲ ਲਾ ਕੇ ਪਾਣੀ ਸ਼ਹਿਰ ਨੂੰ ਲਿਆਉਂਦੇ ਆ ਜਾਂ ਪਿੰਡਾਂ ਨੂੰ ਦਿੱਤਾ, ਕਈ ਪਿੰਡਾਂ ਵਿੱਚ ਪਾਣੀ ਹੈ ਨਹੀਂ ਗਾ, ਤਾਂ ਉਹ ਟੂਵੈਲ ਲਾ ਕੇ ਬੜੇ ਬੜੇ ਅਤੇ ਉਹ ਪਾਣੀ ਦਿੱਤਾ। ਇੰਨਾ ਖਰਚਾ ਹੋਣ ਦੇ ਬਾਵਜੂਦ ਵੀ ਪਾਣੀ ਦਾ ਫਿਰ ਵੀ ਮਸਲਾ ਨਹੀਂ ਹੱਲ ਹੁੰਦਾ। ਕਰਾਚੀ 'ਚ ਦੇਖ ਲਓ ਪਾਣੀ, ਇਸ ਤਰ੍ਹਾਂ ਹੈਦਰਾਬਾਦ, ਹੋਰ ਵੀ ਸ਼ਹਿਰ ਕਈ ਹੈਗੇ ਆ ਜਿਹਨਾਂ 'ਚ ਪਾਣੀ ਦਾ ਬੜਾ ਮਸਲਾ। ਅਤੇ ਇਹ ਅਗਰ ਇਹ ਆਹ ਲੱਗ ਜਾਣ ਤਾਂ ਇਹ ਸਾਡਾ ਸਾਰਾ ਮਸਲਾ ਪਾਣੀ ਦਾ ਹੱਲ ਹੋ ਜਾਏਗਾ, ਸ਼ਹਿਰਾਂ ਦਾ ਵੀ, ਪਿੰਡਾਂ ਦਾ ਵੀ, ਅਤੇ ਜ਼ਮੀਨਾਂ ਦਾ ਵੀ, ਪਾਣੀ ਬੜਾ ਬਿਹਤਰੀਨ ਹੱਲ ਹੋ ਜਾਏਗਾ। ਅਕਸਰ ਦੇਖੋ ਜੇ ਅਗਰ ਪਾਣੀ ਚੰਗਾ ਵੀ ਆ ਕਿਤੇ, ਅਤੇ ਕਈ ਜਿੱਥੇ ਹੁਣ ਟ੍ਰਿਪ ਐਰੀਗੇਸ਼ਨ ਲਾਉਂਦਾ ਉਹ ਪਾਣੀ ਖਰਾਬ ਆ, ਉਹ ਟ੍ਰਿਪ ਐਰੀਗੇਸ਼ਨ ਪੈਪ ਵੀ ਬੰਦ ਹੋ ਜਾਂਦੇ ਆ। ਅਗਰ ਇਹ ਲੱਗਾ ਹੋਵੇ ਤਾਂ ਫਿਰ ਪੈਪ ਨਹੀਂ ਬੰਦ ਹੁੰਦੇ, ਅਤੇ ਮੈਂ ਸਾਰਾ ਉਹਨਾਂ ਨੂੰ ਸਾਰੀ ਉਹਨਾਂ ਨੂੰ ਫਰੋਲ ਕੇ, ਸਾਰਾ ਪੁੱਛ ਦੱਸ ਕੇ, ਸਾਰੀ ਇਨਕੁਆਇਰੀ ਕਰਕੇ, ਅਤੇ ਫਿਰ ਮੈਂ ਵੀਡੀਓ ਬਣਾਉਣ ਲੱਗਾ। ਮੈਨੂੰ ਤਾਂ ਵੈਸੇ ਕਈ ਸਾਲ ਹੋ ਗਿਆ ਬਣਾਉਣਾ, ਕਿ ਇੱਕ ਹੋਰ ਕੰਪਨੀ 'ਚ ਉਹਨਾਂ ਨਾਲ ਗੱਲ ਚੱਲ ਰਹੀ ਸੀ, ਹੋਰ ਵੀ ਕੰਪਨੀਆਂ ਦੇ, ਮੈਂ ਕਿਹਾ ਜਿਹਨਾਂ ਦੀ ਚੰਗੀ ਹੋਊਗੀ ਉਹਨਾਂ ਕੋਲ ਲੈ ਲਵਾਂਗੇ। ਅਤੇ ਇਹ ਦੋਸਤੋ, ਤੁਸੀਂ ਵੀ ਇਹਦੇ ਵਿੱਚ ਦਿਲਚਸਪੀ ਲਵੋ ਅਤੇ ਇਹਨੂੰ ਦੇਖੋ। ਇਹ ਇਹ ਜਿਹੜੀ ਨਾ ਵੀਡੀਓ ਅੱਗੇ ਲਾਜ਼ਮੀ ਸ਼ੇਅਰ ਕਰਿਆ ਕਰੋ ਤਾਂ ਕਿ ਇਹ ਤੋਂ ਫਾਇਦਾ ਹੋਵੇ। ਅਤੇ ਇਹ ਦੇਖੋ, ਜਿਹੜੀ ਵੀ ਮੈਂ ਵੀਡੀਓ ਬਣਾਉਂਦਾ ਉਹ ਇਕੱਲੀ ਜ਼ਿਮੀਦਾਰਾਂ ਦੀ ਨਹੀਂ,
ਇਕੱਲੀ ਕਿਸਾਨਾਂ ਦੀ ਨਹੀਂ, ਉਹ ਸਾਰਿਆਂ ਦੀ ਆ। ਦੇਖੋ ਪਾਣੀ ਦਾ ਮਸਲਾ ਵਾ, ਇਹ ਸਾਰਿਆਂ ਦਾ, ਪੂਰੇ ਪਾਕਿਸਤਾਨ 'ਚ ਜਿੰਨੇ ਵੀ ਲੋਕ ਰਹਿੰਦੇ ਆ ਸਾਰਿਆਂ ਦਾ ਪਾਣੀ ਦਾ ਮਸਲਾ, ਘਰ ਦੇ ਵਿੱਚ ਪਾਣੀ ਦਾ ਮਸਲਾ ਅਤੇ ਸ਼ਹਿਰਾਂ ਦੇ ਵਿੱਚ ਪਾਣੀ ਦਾ ਮਸਲਾ ਅਤੇ ਜ਼ਮੀਨਾਂ ਵਿੱਚ ਪਾਣੀ ਦਾ ਮਸਲਾ, ਅਤੇ ਇਹ ਇੱਦਾਂ ਦੀ ਚੀਜ਼ ਕੋਈ ਲੱਭ ਜਾਵੇ ਤਾਂ ਕਿਆ ਬਾਤ ਆ। ਅਤੇ ਇਹ ਦੋਸਤੋ ਇਹ ਹੈ ਨਾ, ਅਤੇ ਤਦ ਹੀ ਹੁੰਦਾ ਕਿ ਸਾਰੇ ਰਲ ਕੇ ਕੰਮ ਕਰੀਏ। ਸੰਗਲ ਕਹਿੰਦੇ ਤਦ ਹੀ ਬਣਦਾ ਹੁੰਦਾ, ਉਹ ਕੜੀ ਨਾ ਕੜੀ ਰਲੇਗਾ। ਇਸ ਤਰ੍ਹਾਂ ਹੀ ਅਗਰ ਅਸੀਂ ਇੱਕ ਕੰਮ ਕਰਨ ਲੱਗੇ ਨਾ, ਸਾਰੇ ਨਾਲ ਸਾਥ ਦਈਏ ਤਾਂ ਉਹ ਕੰਮ ਜ਼ਰੂਰ ਬਣ ਜਾਵੇ। ਕਿਉਂਕਿ ਮੈਂ ਉਹ ਬਰੀਕੀ ਤੱਕ ਉਹਦੇ ਪਹੁੰਚਦਾ ਉੱਥੇ ਦੇ ਦੇਖ ਕੇ, ਅਤੇ ਮੈਂ ਫਿਰ ਉਹ ਵੀਡੀਓ ਬਣਾ, ਹੁਣ ਬੁੱਢਾ ਬੰਦਾ ਮੇਰੇ ਕੋਲ ਨਹੀਂ ਜਾ ਹੁੰਦਾ ਦੂਸਰੇ ਪਾਸੇ ਕਿਸੇ ਪਾਸੇ ਹੋਰ ਪਾਸੇ, ਅਤੇ ਮੈਂ ਇਸੇ 'ਤੇ ਇਹਦੇ ਆਸਰਾ ਲੈਂਦਾ ਕਿ ਚਲੋ ਮੇਰੀ ਗੱਲ ਦੂਸਰਿਆਂ ਤੱਕ ਪਹੁੰਚ ਜਾਏ। ਅਤੇ ਦੋਸਤੋ ਇਹੀ ਤੁਸੀਂ ਅਗਰ ਕਿਸੇ ਨੂੰ ਸ਼ੇਅਰ ਕਰ ਦਿਓਗੇ ਤਾਂ ਕੋਈ ਫਰਕ ਨਹੀਂ ਪੈਣ ਲੱਗਾ, ਕੋਈ ਪੈਸੇ ਤਾਂ ਨਹੀਂ ਲੱਗਦੇ, ਅਤੇ ਇਹ ਖੁਦ ਦੀ ਨੇਕੀ ਮਿਲ ਜਾਏਗੀ। ਠੀਕ ਹੈ ਨਾ, ਖੁਦਾ ਹਾਫਿਜ਼।